ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਈਲਰ 7 'ਤੇ। ਹਾਜ਼ਰ ਹੋ ਚੁੱਕੇ ਹਾਂ ਇੱਕ ਹੋਰ ਵੀਡੀਓ ਨਾਲ। ਇਸ ਵੀਡੀਓ ਵਿੱਚ ਗੱਲ ਕਰਾਂਗੇ ਕੈਨੇਡਾ ਵੱਲੋਂ ਜੋ ਨਵੇਂ ਰੂਲ ਬ੍ਰਿਟਿਸ਼ ਕੋਲੰਬੀਆ ਵਿੱਚ ਲਾਂਚ ਕੀਤੇ ਗਏ ਨੇ, ਅਤੇ ਇੱਕ ਜੋ ਅੰਕੜਾ ਸਾਹਮਣੇ ਨਿਕਲ ਗਿਆ ਹੈ PR ਦਾ, ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਹੁਤ ਹੀ ਵੱਡਾ ਅੰਕੜਾ ਹੈ, ਖੁਸ਼ੀ ਦੀ ਖਬਰ ਵੀ ਹੈ, ਤਾਂ ਵੀਡੀਓ ਲਾਸਟ ਤੱਕ ਜ਼ਰੂਰ ਦੇਖਣਾ। ਜੇਕਰ ਚੈਨਲ 'ਤੇ ਨਵੇਂ ਹੋ ਤਾਂ ਰਿਕੁਐਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਜ਼ਰੂਰ ਦਬਾਓ, ਕਿਉਂਕਿ ਤੁਹਾਡੇ ਲਈ ਮਿਹਨਤ ਕਰਕੇ ਅਪਡੇਟਸ ਲੈ ਕੇ ਆਉਂਦੇ ਹਾਂ, ਤਾਂ ਤੁਹਾਡਾ ਫਰਜ਼ ਬਣਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਵੀ ਸਪੋਰਟ ਕਰਨ ਦਾ। ਤਾਂ ਚਲੋ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ PR ਦੀ, ਤਾਂ ਜੋ PR ਦਾ ਹੁਣ ਤੱਕ 2024 ਦੇ 4 ਮਹੀਨਿਆਂ ਦਾ ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਇਹ 4 ਮਹੀਨਿਆਂ ਦਾ ਅੰਕੜਾ ਨਿਕਲ ਗਿਆ ਹੈ। ਇਸ ਵਿੱਚ ਕੈਨੇਡਾ ਨੇ 51,450 ਲੋਕਾਂ ਨੂੰ PR ਦਿੱਤੀ ਗਈ ਹੈ, ਅਤੇ ਇਹ ਅੰਕੜਾ 2017 ਵਿੱਚ ਸੀਗਾ ਜੋ 51,590 ਸੀਗਾ। ਤਾਂ ਲਗਭਗ ਤੁਸੀਂ ਦੇਖ ਸਕਦੇ ਹੋ ਇੱਕ ਸਾਲ ਵਿੱਚ ਕਿੱਥੇ ਤਾਂ 51,590 ਸੀ 2017 ਵਿੱਚ, ਅਤੇ ਹੁਣ 4 ਮਹੀਨਿਆਂ ਦੇ ਅੰਦਰ ਅੰਦਰ ਹੀ ਇਹ ਅੰਕੜੇ ਦੇ ਲਗਭਗ ਕਰੀਬ ਪਹੁੰਚ ਚੁੱਕਾ ਹੈ। ਜਦਕਿ ਸਰਕਾਰ ਇੰਨੇ ਰੂਲ ਚੇਂਜ ਕਰ ਰਹੀ ਹੈ, ਪਰ ਉਹ ਫਿਰ ਵੀ ਲੋਕਾਂ ਨੂੰ PR ਜੋ ਹੈ ਉਹ ਕੈਨੇਡਾ ਵਿੱਚ ਦੇ ਰਹੀ ਹੈ। ਤਾਂ ਇਸ ਵਿੱਚ ਕੋਈ ਵੀ ਝੂਠ ਨਹੀਂ ਹੈ ਕਿ ਉਹ PR ਦੇਣਾ ਚਾਹੁੰਦੀ ਹੈ, ਲੋਕਾਂ ਨੂੰ ਆਪਣੀ ਇਕਨੋਮੀ ਦਾ ਹਿੱਸਾ ਬਣਾਉਣਾ ਚਾਹੁੰਦੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਅੰਕੜਾ ਤੁਹਾਡੇ ਸਾਹਮਣੇ ਹੈ। ਇਹ ਅੰਕੜਾ 2015 ਵਿੱਚ ਸੀਗਾ 39,340, ਅਤੇ 2023 ਵਿੱਚ 1,49,785 ਲੋਕਾਂ ਜੋ ਹੈ ਕੈਨੇਡਾ ਨੇ PR ਕੀਤਾ ਸੀ। ਤਾਂ ਇਹਦੇ ਤੋਂ ਕੀ ਦੇਖਣ ਨੂੰ ਮਿਲਿਆ ਕਿ ਜੋ ਹੁਣ ਤਾਂ 4 ਮਹੀਨਿਆਂ 2024 ਦਾ ਜੋ ਟਰੈਂਡ ਚੱਲ ਰਿਹਾ ਬਹੁਤ ਹੀ ਤੇਜ਼ੀ ਨਾਲ ਵੱਧ ਰਿਹਾ ਹੈ, ਅਤੇ ਹੋ ਸਕਦਾ ਹੈ ਹਜੇ ਹੋਰ ਵੀ ਮਹੀਨਿਆਂ ਦਾ ਆਪਣੇ ਕੋਲ ਡਾਟਾ ਨਹੀਂ ਆਇਆ ਹੈ। ਜਦੋਂ ਡਾਟਾ ਆਵੇਗਾ ਤਾਂ ਹੋ ਸਕਦਾ ਕਿ ਜੋ ਸਾਰੇ ਜੋ ਅੰਕੜੇ ਨੇ ਪੁਰਾਣੇ ਉਹਨਾਂ ਨੂੰ ਜੋ ਸਰਪਾਸ ਕਰ ਜਾਵੇ, ਇਹਨਾਂ ਨੂੰ ਤੋੜ ਜਾਵੇ। ਤਾਂ ਇਹ ਬਹੁਤ ਹੀ ਵੱਡੀ ਖਬਰ ਹੈ, ਬਹੁਤ ਹੀ ਚੰਗੀ ਖਬਰ ਹੈ। ਤਾਂ ਅੱਗੇ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਦੀ। ਤਾਂ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ ਇੰਟਰਨੈਸ਼ਨਲ ਕ੍ਰੈਡੈਂਸ਼ੀਅਲ ਰੈਕਗਨੀਸ਼ਨ ਦੇ ਰੂਲਾਂ ਵਿੱਚ ਜੋ ਹੈ ਉਹ ਈਜ਼ ਕਰਨ ਦਾ, ਨਰਮਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹਦੇ ਵਿੱਚ ਉਹਨਾਂ 29 ਓਕੂਪੇਸ਼ਨ ਜੋ ਦਿੱਤੇ ਨੇ, ਉਹਨਾਂ ਦੀ ਲਿਸਟ ਤੁਹਾਡੀ ਸਕਰੀਨ 'ਤੇ ਸ਼ੋਅ ਵੀ ਹੋ ਰਹੇਗੀ, ਤੁਹਾਨੂੰ ਕੁਝ ਮੋਟੇ ਮੋਟੇ ਦੱਸ ਵੀ ਦਿੰਦੇ ਹਾਂ। ਰਜਿਸਟਰਡ ਮਿਊਜ਼ਿਕ ਟੀਚਰ, ਲੈਂਡ ਸੁਪਰ ਸਰਵੇਅਰ, ਅਰਲੀ ਚਾਈਲਡਹੁੱਡ ਐਜੂਕੇਟਰ, ਸੋਸ਼ਲ ਵਰਕਰ, ਰਜਿਸਟਰਡ ਕਲੀਨਿਕਲ ਸੋਸ਼ਲ ਵਰਕਰ, ਲਾਇਰ, ਰਜਿਸਟਰਡ ਬਾਇਓਲੋਜੀ ਟੈਕਨੋਲੋਜਿਸਟ, ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ, ਰੀਅਲ ਅਸਟੇਟ ਰਿਪ੍ਰਜੈਂਟੇਟਿਵ। ਤਾਂ ਇਹ ਜੋ ਮੋਟੇ ਮੋਟੇ ਜੋ ਇਹ ਓਕੂਪੇਸ਼ਨ ਨੇ, ਅਤੇ ਬਾਕੀ ਤੁਸੀਂ ਲਿਸਟ ਦੇਖ ਸਕਦੇ ਹੋ। ਤਾਂ ਇਹਨੂੰ ਓਕੂਪੇਸ਼ਨਾਂ ਵਿੱਚ ਜੇ ਕੋਈ ਕੈਨੇਡਾ ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਜਾਂਦਾ ਹੈ, ਤਾਂ ਉਹਨੂੰ ਵਰਕ ਦੀ ਕਿਸੇ ਵੀ ਐਕਸਪੀਰੀਅੰਸ ਦੀ ਜ਼ਰੂਰਤ ਨਹੀਂ ਹੈ। ਉਹਨਾਂ ਵੱਲੋਂ ਹੋਰ ਵੀ ਜੋ ਬਿਆਨ ਸਾਹਮਣੇ ਆਇਆ ਹੈ ਕਿ ਜੋ ਲੈਂਗੁਏਜ ਪ੍ਰੋਫੀਸ਼ੀਐਂਸੀ ਸੀ ਉਹਦੇ ਵਿੱਚ ਵੀ ਉਹਨਾਂ ਰਿਲੈਕਸੇਸ਼ਨ ਦੇਣ ਦਾ ਫੈਸਲਾ ਕੀਤਾ ਹੈ ਕਿ ਕਿੱਥੇ ਤੁਹਾਨੂੰ 6.5-7 ਬੈਂਡ ਚਾਹੀਦੇ ਹੁੰਦੇ ਸੀ ਇੰਗਲਿਸ਼ ਪ੍ਰੋਫੀਸ਼ੀਐਂਸੀ ਵਿੱਚ, ਤਾਂ ਹੁਣ ਉਸ ਤੋਂ ਵੀ ਘਟਾਉਣ ਦਾ ਫੈਸਲਾ ਉਹਨਾਂ ਨੇ ਕੀਤਾ ਗਿਆ, ਰਿਲੈਕਸੇਸ਼ਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਤਾਂ ਹੁਣ ਕੀ ਹੋਵੇਗਾ ਇਹਨਾਂ ਰੂਲਾਂ ਦੇ ਨਾਲ ਕਿ ਤੁਹਾਨੂੰ ਜਦੋਂ ਵੀ ਉੱਥੇ ਤੁਸੀਂ ਜਾਵੋਗੇ ਤੁਹਾਨੂੰ ਕੰਮ ਕਰਨ ਵਿੱਚ, ਤੁਹਾਨੂੰ ਰੈਕਗਨਾਈਜੇਸ਼ਨ ਮਿਲਣ ਵਿੱਚ ਬਹੁਤ ਘੱਟ ਇੰਤਜ਼ਾਰ ਕਰਨਾ ਪਵੇਗਾ ਤੁਹਾਨੂੰ, ਅਤੇ ਜਲਦੀ ਤੁਹਾਡਾ ਜੋ ਰੈਕਗਨੇਸ਼ਨ, ਤੁਹਾਡੀ ਡਿਗਰੀ ਹੈ ਉਹਨੂੰ ਰੈਕਗਨੇਸ਼ਨ, ਤੁਹਾਡੇ ਐਕਸਪੀਰੀਅੰਸ ਨੂੰ, ਤੁਹਾਡੇ ਜੋ ਵਰਕ ਨੂੰ, ਤੁਹਾਡੀ ਸਕਿੱਲਸ ਨੂੰ ਰੈਕਗਨੇਸ਼ਨ ਬਹੁਤ ਜਲਦੀ ਮਿਲ ਜਾਵੇਗੀ, ਅਤੇ ਤੁਹਾਡਾ ਜੋ ਫਿਊਚਰ ਹੈ ਉਹ ਬ੍ਰਿਟਿਸ਼ ਕੋਲੰਬੀਆ ਵਿੱਚ ਹੋਰ ਜ਼ਿਆਦਾ ਸਿਕਿਓਰ ਹੋ ਜਾਵੇਗਾ। ਅਤੇ ਬਹੁਤ ਹੀ ਵਧੀਆ ਰੂਲ ਨੇ ਕੈਨੇਡਾ ਸਰਕਾਰ ਵੱਲੋਂ, ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ ਖਾਸ ਕਰਕੇ, ਜੋ ਇੰਟਰਨੈਸ਼ਨਲ ਕ੍ਰੈਡੈਂਸ਼ੀਅਲ ਰੈਕਗਨੀਸ਼ਨ ਦੇ ਜੋ ਵਿੱਚ ਲਿਆਂਦੇ ਗਏ ਨੇ, ਅਤੇ ਇਹਨਾਂ ਨਾਲ ਜੋ ਹੈ ਉਹ ਹੋਰ ਵੀ ਉੱਥੇ ਨਾਗਰਿਕਾਂ ਨੂੰ ਜੋ ਹੈ ਉਹ ਫਾਇਦਾ ਹੋਵੇਗਾ, ਲੋਕਾਂ ਨੂੰ ਫਾਇਦਾ ਹੋਵੇਗਾ ਜੋ ਜਾਣਾ ਹੈ ਜਿਨ੍ਹਾਂ, ਜਾਂ ਜੇ ਉਹ ਜਾ ਚਲੇ ਗਏ ਨੇ ਉਹਨਾਂ ਨੂੰ। ਅਤੇ ਦੋ ਚੰਗੀਆਂ ਖਬਰਾਂ ਸੀ ਕੈਨੇਡਾ ਵੱਲੋਂ ਜੋ ਆਈਆਂ ਸੀਗੀਆਂ। ਤਾਂ ਇੱਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੁਹਾਨੂੰ ਫੇਰ ਕਹਿ ਰਹੇ ਹਾਂ ਕਿ ਇਹਦੇ ਨਾਲ ਤੁਹਾਡਾ ਵੀ ਫਾਇਦਾ ਹੈ, ਅਤੇ ਸਾਨੂੰ ਵੀ ਜੋ ਮੋਟੀਵੇਸ਼ਨ ਮਿਲ ਗਈ, ਅਸੀਂ ਤੁਹਾਡੇ ਲਈ ਹੋਰ ਮਿਹਨਤ ਕਰਾਂਗੇ। ਤਾਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਲਾਈਕ ਕਰ ਦੇਣਾ, ਅਤੇ ਸ਼ੇਅਰ ਕਰ ਦੇਣਾ, ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦੇਣਾ। ਤਾਂ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਵਿੱਚ, ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ।